ਨਾਕੇ ਦੇ ਉੱਤੇ ਤੈਨਾਤ ਇੱਕ ASI ਦੇ ਨਾਲ ਕੁੱਟਮਾਰ ਕੀਤੀ ਗਈ ਹੈ ਤੇ ਕੁੱਟਮਾਰ ਦੇ ਇਲਜ਼ਾਮ ਵੀ SHO ਅਤੇ ਨਾਲ ਦੇ ਦੋ ਪੁਲਿਸ ਮੁਲਾਜ਼ਮਾਂ ਦੇ ਉੱਤੇ ਹੀ ਲੱਗੇ ਨੇ। ਹਾਲਾਂਕਿ ਇਸ ਘਟਨਾ ਤੋਂ ਬਾਅਦ ਉੱਚ ਅਧਿਕਾਰੀਆਂ ਨੂੰ ਇਸ ਦੀ ਸ਼ਿਕਾਇਤ ਦਿੱਤੀ ਗਈ, ਜਿਸ ਤੋਂ ਬਾਅਦ SHO ਅਤੇ ਦੋ ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ। ਦਰਅਸਲ ਮਾਮਲਾ ਕੁਝ ਇਸ ਤਰ੍ਹਾਂ ਹੈ ਕਿ ਨਾਕੇ ਦੇ ਉੱਤੇ ਤੈਨਾਤ ASI ਦੇ ਵੱਲੋਂ ਜੋ ਸ਼ਿਕਾਇਤ ਦਿੱਤੀ ਗਈ ਹੈ ਉਸ ਦੇ ਵਿੱਚ ਕਿਹਾ ਗਿਆ ਕਿ ਨਾਕੇ ਦੇ ਦੌਰਾਨ ਅਰੈਸਟ ਕਰਨ ਨੂੰ ਲੈ ਕੇ ਇੱਕ ਕੁੱਟਮਾਰ ਕੀਤੀ ਗਈ, ਜਿਸ ਦੇ ਵਿੱਚ SHO ਦੇ ਨਾਲ ਨਾਲ ਦੋ ਪੁਲਿਸ ਮੁਲਾਜ਼ਮਾਂ ਨੇ ਵੀ ਉਸਦਾ ਸਹਿਯੋਗ ਕੀਤਾ। ਹਾਲਾਂਕਿ ਉਸਦੇ ਨਾਲ ਲਾਠੀ ਡੰਡਿਆਂ ਦੇ ਨਾਲ ਕੁੱਟਮਾਰ ਹੋਈ ਤੇ ਜਦੋਂ ASI ਆਪਣੇ ਘਰ ਪਹੁੰਚਿਆ ਤਾਂ ਪਰਿਵਾਰਕ ਮੈਂਬਰਾਂ ਨੇ ਜਦੋਂ ਉਸਦੇ ਸਰੀਰ ਦੇ ਉੱਤੇ ਸੱਟਾਂ ਦੇ ਨਿਸ਼ਾਨ ਦੇਖੇ ਤਾਂ ਉਸ ਤੋਂ ਬਾਅਦ ਇਸ ਦੀ ਤੁਰੰਤ ਸੂਚਨਾ ਉੱਚ ਅਧਿਕਾਰੀਆਂ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਕਾਰਵਾਈ ਕਰਦੇ ਹੋਏ ਉੱਚ ਅਧਿਕਾਰੀਆਂ ਨੇ SHO ਸਮੇਤ ਦੋ ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ। ਤਾਂ ਦੱਸ ਦਈਏ ਕਿ ਇੱਕ ਪਾਸੇ ਜਿੱਥੇ ਲੋਕਾਂ ਦੀ ਸੁਰੱਖਿਆ ਦਾ ਜ਼ਿੰਮਾ ਇਸ ਪੰਜਾਬ ਪੁਲਿਸ ਦੇ ਉੱਤੇ ਹੈ, ਉੱਥੇ ਹੀ ਇਹ ਆਪਸ ਦੇ ਵਿੱਚ ਵੀ ਲੜਦੇ ਨਜ਼ਰ ਆ ਰਹੇ ਨੇ। ਦੱਸ ਦਈਏ ਕਿ ਡਿਊਟੀ ਨੂੰ ਲੈ ਕੇ ਇਹ ਆਪਸ ਦੇ ਵਿੱਚ ਇਹਨਾਂ 'ਚ ਤਕਰਾਰ ਹੋਈ, ਜਿਸ ਦੇ ਵਿੱਚ SHO ਅਤੇ ਦੋ ਪੁਲਿਸ ਮੁਲਾਜ਼ਮਾਂ ਨੇ ਇੱਕ ASI ਦੇ ਨਾਲ ਬੁਰੇ ਤਰੀਕੇ ਦੀ ਕੁੱਟਮਾਰ ਕੀਤੀ, ਜਿਸ ਦੇ ਕਾਰਨ ਉਸਦੇ ਸਰੀਰ ਦੇ ਉੱਤੇ ਲਾਸ਼ਾਂ ਪੈ ਗਈਆਂ ਨੇ ਅਤੇ ਉਸਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਤਾਂ ਖਬਰ ਪਠਾਨਕੋਟ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਪੁਲਿਸ ਮੁਲਾਜ਼ਮ ਆਪਸ ਦੇ ਵਿੱਚ ਹੀ ਉਲਝਦੇ ਨਜ਼ਰ ਆਏ ਨੇ, ਇੱਕ ਦੂਜੇ ਦੇ ਉੱਤੇ ਹਮਲਾ ਕਰ ਦਿੱਤਾ ਗਿਆ ਤੇ ਹੁਣ ਕਾਰਵਾਈ ਕਰਦੇ ਹੋਏ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਵੱਲੋਂ SHO ਅਤੇ ਦੋ ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ। ਉੱਥੇ ਹੀ ਪੀੜਤ ਪਰਿਵਾਰ ਦੇ ਵੱਲੋਂ ਹੁਣ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ। ਸਰ ਸਵੇਰੇ ਡਿਊਟੀ ਤੋਂ ਆਏ ਹੈ 8 ਵਜੇ ਔਰ ਕਾਫੀ ਸੱਟਾਂ ਸੁੱਟਾਂ ਲੱਗੀਆਂ ਹੋਈਆਂ ਸੀ। ਮੈਂ ਇਹਨਾਂ ਨੂੰ ਪੁੱਛਿਆ, ਮੈਂ ਕਿਹਾ ਕੀ ਗੱਲ ਹੋਈ? ਕਹਿੰਦੇ ਇਸ ਤਰ੍ਹਾਂ ਗੱਲ ਹੋ ਗਈ ਹੈ ਰਾਤ ਨੂੰ। ਫਿਰ ਇਹਨਾਂ ਨੂੰ ਲੈ ਕੇ ਆਏ, ਕਹਿੰਦੇ ਕਿ SP ਸਰ ਨੇ ਕਿਹਾ ਕਿ ਜਾ ਕੇ ਤੁਸੀਂ ਆਪਣਾ ਮੈਡੀਕਲ ਕਰਵਾਓ। ਕਹਿੰਦੇ ਮੈਂ ਕਿਹਾ ਤੁਸੀਂ ਸਰ ਨਾਲ ਗੱਲ ਕੀਤੀ ਹੈ? ਕਹਿੰਦੇ ਹਾਂਜੀ, ਸਰ ਨਾਲ ਮੇਰੀ ਗੱਲ ਹੋਈ ਹੈ, 4:30 ਵਜੇ ਸਵੇਰੇ ਗੱਲ ਹੋ ਗਈ ਹੈ ਮੇਰੀ। ਫਿਰ ਉਹਨਾਂ ਨੇ ਕਿਹਾ ਕਿ ਤੁਸੀਂ ਜਾ ਕੇ ਆਪਣਾ ਚੈੱਕਅਪ ਕਰਵਾਓ ਅਤੇ ਸਾਨੂੰ ਅਸੀਂ ਬੰਦੇ ਕਾਰਵਾਈ ਦੇ ਉੱਤੇ ਕਰਨੇ ਆ। ਸਰ ਅਸੀਂ ਮਤਲਬ ਆਪਣੇ ਇੱਥੇ ਆ ਕੇ ਐਡਮਿਟ ਹੋਏ ਹਾਂ, 8 ਵਜੇ ਤੋਂ ਬਾਅਦ ਐਡਮਿਟ ਹੋ ਗਏ ਹਾਂ। ਉਸ ਤੋਂ ਬਾਅਦ ਇੰਸਪੈਕਟਰ ਸਰ ਆਏ ਆ, ਦੋ ਹੋਰ ਵੀ ਮੁਲਾਜ਼ਮ ਸੀਗੇ ਨਾਲ, ਪਰ ਕੋਈ ਵੀ ਸਾਨੂੰ ਅੱਛਾ ਰਿਸਪੋਂਸ ਨਹੀਂ ਮਿਲਿਆ। ਜਦੋਂ ਕਿ ਉਹਨਾਂ ਨੇ ਮਤਲਬ ਸਾਨੂੰ ਅਸੀਂ ਮਤਲਬ ਆਪਣੇ ਦੇਖਿਆ ਮਤਲਬ 3:30 ਵਜੇ ਤੱਕ ਦੇਖਿਆ ਅਸੀਂ ਕਿ ਚਲੋ ਕੋਈ ਆਪਣਾ ਆਉਂਦੇ। ਫਿਰ ਮੈਂ ਉਸ ਤੋਂ ਬਾਅਦ ਇਹਨਾਂ ਨੂੰ ਕਿਹਾ ਕਿ ਐਪਲੀਕੇਸ਼ਨ ਉਹ ਕਹਿੰਦੇ ਤੁਸੀਂ ਐਪਲੀਕੇਸ਼ਨ ਥਾਣੇ 'ਚ ਦੇ ਦਿਓ। ਅਸੀਂ ਕਿਹਾ ਕਿ ਅਸੀਂ ਥਾਣੇ 'ਚ ਐਪਲੀਕੇਸ਼ਨ ਨਹੀਂ ਦੇਣੀ, ਅਸੀਂ ਸਰ ਨੂੰ ਸਿੱਧੇ ਮਿਲਾਂਗੇ। ਸਰ ਇਹਨਾਂ ਨੇ ਐਪਲੀਕੇਸ਼ਨ ਲਿਖ ਕੇ ਦਿੱਤੀ ਔਰ ਮੈਂ ਔਰ ਬੇਟਾ ਮੇਰਾ SP ਸਰ ਕੋਲ ਗਏ। ਸਰ SP ਸਰ ਤਾਂ ਕਿਤੇ ਬਾਹਰ ਗਏ ਹੋਏ, ਲੇਕਿਨ ਅਸੀਂ ਉਹਨਾਂ ਨੂੰ ਫੋਨ ਕਰ ਐਪਲੀਕੇਸ਼ਨ ਕਿਹਨੂੰ ਦਿੱਤੀ ਹੈਗੀ? ਸਰ DSP ਸਰ। ਕੌਣ ਹੈਗੇ, ਕੀ ਨਾਮ ਹੈ? ਸਰ ਉਹਨਾਂ ਦਾ ਨਾਮ ਹੈ ਹਰਕ੍ਰਿਸ਼ਨ ਸਰ। ਕਾਰਵਾਈ ਹੋਈ ਕੋਈ? ਹਾਂਜੀ ਸਰ, ਸਰ ਉਹ ਆਏ ਆ, ਆਪਣੀ ਕਾਰਵਾਈ ਬੰਦੀ ਕੀਤੀ ਹੈ। ਉਹਨਾਂ ਨੇ ਸਾਡਾ ਬਹੁਤ ਸਹਿਯੋਗ ਦਿੱਤਾ, ਉਹ SP ਸਰ ਨੇ ਵੀ ਉਹਨਾਂ ਨੂੰ ਕਾਫੀ ਮਤਲਬ ਕੋਪਰੇਟ ਕੀਤਾ ਸਾਡੇ ਨਾਲ, ਔਰ ਉਹਨਾਂ ਨੇ ਸਾਨੂੰ ਭਰੋਸਾ ਦਿਲਾਇਆ ਕਿ ਅਸੀਂ ਉਹਨਾਂ ਨਾਲ ਪੂਰੀ ਬੰਦੀ ਕਾਰਵਾਈ ਕਰੀ। ਜਿਹੜੇ SHO ਨੇ ਕੁੱਟਿਆ ਹੈਗਾ ਉਹਨਾਂ ਦੀ ਕਾਰਵਾਈ ਹੋਈ? ਨਹੀਂ ਅਜੇ ਸਰ ਕੁਛ ਨਹੀਂ ਹੋਇਆ। ਹਾਂ, ਇੰਨਾ ਜ਼ਰੂਰ ਹੈ ਕਿ ਮੇਰੇ ਸਾਹਮਣੇ ਉਹਨਾਂ ਨੇ ਫੋਨ ਕੀਤਾ, ਉਹਨਾਂ ਨੂੰ ਬੁਲਾਇਆ ਹੈੱਡਕੁਆਟਰ ਆਪਣੇ, ਫਿਰ ਅਸੀਂ ਮਤਲਬ ਸਰ ਨਾਲ ਹੀ ਇਹਨਾਂ ਕੋਲ ਆ ਗਏ ਹਾਂ ਹੋਸਪਿਟਲ, ਅਤੇ ਉਹਨਾਂ ਨਾਲ ਫਿਰ ਮਤਲਬ ਇਹਨਾਂ ਨਾਲ ਮਿਲ ਕੇ ਗਏ। ਅੱਛਾ, ਮਤਲਬ ਕੀ ਮੰਗ ਕੀ ਕਰਦੇ ਹੋ ਤੁਸੀਂ? ਸਰ ਸਾਨੂੰ ਇਨਸਾਫ ਚਾਹੀਦਾ। ਸੱਟਾਂ ਵਗੈਰਾ ਕਿੰਨੀ ਲੱਗੀਆਂ ਹੋਈਆਂ? ਸੱਟਾਂ ਸਰ ਬਹੁਤ ਲੱਗੀਆਂ ਹੋਈਆਂ ਇਹਨਾਂ ਦੀਆਂ, ਉਹਨਾਂ ਨੇ ਕਮ ਸੇ ਕਮ ਇਹਨਾਂ ਨੂੰ ਤਾਂ 100 ਡਾਂਗ ਭਰਾਈ ਹੈ। ਕੀ ਨਾਮ, ਕੀ ਅਫੀਸਰ ਦਾ ਜਿਹਨਾਂ ਨੇ ਇਹਨੂੰ ਮਾਰਿਆ? ਸਰਬਜੀਤ ਸਰ, SHO ਸਰਵਿਸਿਸ। ਉਹਨਾਂ ਨਾਲ ਦੋ ਮਤਲਬ ਹੋਰ ਮੁਲਾਜ਼ਮ ਹੈ, ਉਹਨਾਂ ਨਾਲ ਮਤਲਬ ਗਨਮੈਨ ਹੈ ਉਹਨਾਂ ਦੇ, ਇੱਕ ਡਰਾਈਵਰ। ਔਰ ਕਿੱਥੇ ਡਿਊਟੀ ਉਹਨਾਂ ਦੀ? ਪੋਲੀਆਂ ਸਰ।
ਉਹਨਾਂ ਦੀ ਨੋਟ ਜੈਮਨ ਸਿੰਘ ਜਿਹੜੇ ਗਨਮੈਨ ਨਾਲ ਰਹੇ ਸੀ ਉਹਨਾਂ ਦੇ ਵੀ ਨਾਮ ਸਰ ਮੈਨੂੰ ਨਾਮ ਨਹੀਂ ਪਤਾ ਨਾਮ ਇਹਨਾਂ ਨੂੰ ਵੀ ਨਹੀਂ ਪਤਾ ਕਿਉਂਕਿ ਇਹ ਪਹਿਲੀ ਵਾਰੀ ਐਸਐਚਓ ਸਰ ਨਾਲ ਮਿਲੇ ਆ ਇਹ ਖੁਦ ਨਹੀਂ ਜਾਣਦੇ ਇਹਨਾਂ ਨੂੰ ਕਿ ਇਹਨਾਂ ਦੀ ਹਲੇ 15 ਦਿਨ ਪਹਿਲੇ ਇੱਥੇ ਡਿਊਟੀ ਮਤਲਬ ਜੁਆਇਨ ਕੀਤੀ ਇਹਨਾਂ ਨੇ ਗੱਲਬਾਤ ਸਰ ਕੋਈ ਨਹੀਂ ਹੋਈ ਮਤਲਬ ਬਿਨਾਂ ਕੰਮ ਤੋਂ ਆ ਕੇ ਮਤਲਬ ਮਾਰਨਾ ਕੁੱਟਣਾ ਸ਼ੁਰੂ ਕਰਤਾ ਜੀ ਐਸਐਚਓ ਵੱਲੋਂ ਮਾਰਿਆ ਗਿਆ ਹਾਂਜੀ ਹਾਂਜੀ ਕੀ ਨਾਮ ਕੀ ਉਹਨਾਂ ਦਾ ਸਰਬਜੀਤ ਸਿੰਘ ਨਾਲ ਤੇ ਕਿੱਥੇ ਤੈਨਾਤ ਕਿੱਥੇ ਨੇ ਉਹ ਇਹ ਨੋੜੀ ਗਾਮ ਸਿੰਘ ਠਾਣੇ ਲੱਗਿਆ ਜੀ ਮਿਲਣੀ ਗੱਲ ਮੈਂ ਇਹਦੇ ਸੰਬੰਧ ਵਿੱਚ ਜਿਹੜੀ ਆਪਣੀ ਪੂਰੀ ਤਹਿਕੀਕਤ ਕਰ ਰਿਹਾ ਅਤੇ ਜਿਹੜਾ ਆਪਣਾ ਮੁਲਾਜ਼ਮ ਦੇ ਨਾਲ ਕੁੱਟਮਾਰ ਹੋਈ ਹੈ ਮੇਰੀ ਉਹਦੇ ਨਾਲ ਵੀ ਗੱਲਬਾਤ ਹੋਈ ਹੈ ਔਰ ਜੋ ਕਿ ਬਹੁਤ ਹੀ ਮਾੜੀ ਘਟਨਾ ਹੈ ਜੇਕਰ ਕੋਈ ਗੱਲਬਾਤ ਸੀ ਜੇਕਰ ਉਹ ਭਾਵੇਂ ਡਿਊਟੀ 'ਤੇ ਸੁੱਤਾ ਪਾਇਆ ਗਿਆ ਸੀ ਅਤੇ ਐਸ ਐਚ ਓ ਨੂੰ ਅਜਿਹਾ ਨਹੀਂ ਸੀ ਕਰਨਾ ਚਾਹੀਦਾ ਇਹ ਡਿਸਿਪਲਿਨ ਫੋਰਸ ਦਾ ਮੈਂਬਰ ਉਹਦੇ ਖਿਲਾਫ਼ ਲਿਖਤ ਦੇਣਾ ਚਾਹੀਦਾ ਸੀ ਸੋ ਜਿਹੜੀ ਉਹਨਾਂ ਨੇ ਇਹਨੂੰ ਕੁੱਟਮਾਰ ਕੀਤੀ ਹੈ ਉਹਦੇ ਸੰਬੰਧ ਵਿੱਚ ਜਿਹੜਾ ਐਸ ਐਚ ਓ ਅਤੇ ਉਹਦੇ ਗਨਮੈਨਾਂ ਨੂੰ ਅਸੀਂ ਸਸਪੈਂਡ ਕਰਕੇ ਪੁਲਿਸ ਨਾਲ ਹਾਜ਼ਰ ਕਰਤਾ ਅਤੇ ਬਾਕੀ ਜਿਹੜੀ ਇਨਵੈਸਟੀਗੇਸ਼ਨ ਮੇਰੀ ਜਾਰੀ